ਅੱਜ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀਗਾ ਲੰਗੀਏ ਥੋੜਾ ਜਿਹਾ ਫੋਨ ਤਕਰੀਬਨ 3:30 ਵਜੇ ਬੱਚੇ ਨੂੰ ਕਿਡਨੈਪ ਕੀਤਾ ਗਿਆ ਸੀ ਔਰ ਜਦੋਂ ਸਾਨੂੰ ਪਤਾ ਲੱਗਿਆ ਅੱਜ ਮੈਂ ਵੀ ਪਠਾਨਕੋਟ ਸੀਗਾ ਮੈਂ ਔਰ ਐਸਐਸਪੀ ਦਾ ਇਕੱਠੀ ਕਿਸੇ ਜ਼ਰੂਰੀ ਮੀਟਿੰਗ ਤੇ ਸੀਗੇ ਉਸ ਵੇਲੇ ਹੀ ਪੁਲਿਸ ਨੇ ਸਾਡੀ ਸਾਰੀ ਪਠਾਨਕੋਟ ਜਿੰਨੇ ਵੀ ਸਾਡੇ ਅਫਸਰ ਆ ਸਾਡੇ ਐਸਐਚਓ ਸਾਹਿਬਾਨ ਆ ਔਰ ਜਿੰਨੇ ਵੀ ਸਾਡੇ ਸਾਰੇ ਕਰਮਚਾਰੀ ਆ ਸਾਰਿਆਂ ਨੇ ਉਸ ਵੇਲੇ ਕੰਮ ਸ਼ੁਰੂ ਕਰ ਦਿੱਤਾ ਗਿਆ ਬੱਚੇ ਦੇ ਪੇਰੈਂਟਸ ਨੂੰ ਵੀ ਅਸੀਂ ਉਸ ਵੇਲੇ ਮਿਲੇ ਔਰ ਜੋ ਵੀ ਜ਼ਰੂਰੀ ਕਦਮ ਸੀ ਅਸੀਂ ਉਹ ਕਦਮ ਲਏ ਸਭ ਤੋਂ ਪਹਿਲਾਂ ਇੱਦਾਂ ਦੇ ਇੰਸੀਡੈਂਟ 'ਚ ਇਹ ਹੁੰਦਾ ਕਿ ਬੱਚਾ ਸੁਰੱਖਿਅਤ ਘਰ ਵਾਪਸ ਆ ਔਰ ਸਾਰੀ ਮਿਹਨਤ ਸਾਡੀ ਪੰਜਾਬ ਪੁਲਿਸ ਨੇ ਇਹਦੇ ਨਾਲ ਨਾਲ ਸਾਡੇ ਮਾਨਯੋਗ ਡੀ ਜੀ ਪੀ ਸਾਹਿਬ ਜੋ ਚੰਡੀਗੜ੍ਹ ਤੋਂ ਉਹਨਾਂ ਨਾਲ ਵੀ ਉਸ ਵੇਲੇ ਰਾਬਤਾ ਕੀਤਾ ਗਿਆ ਔਰ ਚੰਡੀਗੜ੍ਹ ਤੋਂ ਵੀ ਸਾਨੂੰ ਪੂਰਾ ਟੈਕਨੀਕਲੀ ਸਪੋਰਟ ਕੀਤਾ ਗਿਆ ਔਰ ਅਲਟੀਮੇਟਲੀ ਅਸੀਂ ਹਿਮਾਚਲ ਪੁਲਿਸ ਦਾ ਵੀ ਮੈਂ ਥੈਂਕਸ ਕਰੂੰਗਾ ਹਿਮਾਚਲ ਪੁਲਿਸ ਨੇ ਵੀ ਬਹੁਤ ਇਹਦੇ ਵਿੱਚ ਆਪਣਾ ਵਧੀਆ ਰੋਲ ਅਦਾ ਕੀਤਾ ਔਰ ਸਾਨੂੰ ਪੂਰਾ ਸਪੋਰਟ ਕੀਤਾ ਸਾਡੀ ਪੂਰੀ ਹੈਲਪ ਕੀਤੀ ਹੁਣ ਵੀ ਅਸੀਂ ਜਦੋਂ ਬੱਚੇ ਨੂੰ ਬਰਾਮਦ ਕੀਤਾ ਉਸ ਵੇਲੇ ਵੀ ਹਿਮਾਚਲ ਪੁਲਿਸ ਦੇ ਅਫਸਰ ਸਾਡੇ ਨਾਲ ਸੀਗੇ ਔਰ ਅਲਟੀਮੇਟਲੀ ਅਸੀਂ ਬੱਚੇ ਨੂੰ ਰਿਕਵਰ ਕਰਨ 'ਚ ਕਾਮਯਾਬ ਹੋਏ ਹਾਂ ਔਰ ਸਾਰੀ ਤਫਤੀਸ਼ ਦੇ ਵਿੱਚ ਜਿਹੜਾ ਮੇਨ ਮੁਲਜ਼ਮ ਆ ਇਹਦੇ 'ਚ ਅਮਿਤ ਰਾਣਾ ਨਾਂ ਦਾ ਇੱਕ ਵਿਅਕਤੀ ਆ ਨੂਰਪੁਰ ਹਿਮਾਚਲ ਦਾ ਔਰ ਉਹਦਾ ਇੱਕ ਸਾਥੀ ਸੋਨੀ ਇਹਨਾਂ ਦੋਨਾਂ ਨੇ ਇਹਦੇ 'ਚ ਕੀਤਾ ਸੀ ਔਰ ਫਰਦਰ ਅਸੀਂ ਇਨਵੈਸਟੀਗੇਟ ਕਰਾਂਗੇ ਕਿ ਹੋਰ ਕਿਹੜੇ ਕੌਣ ਬੰਦੇ ਇਹਦੇ ਵਿੱਚ ਇਨਵੋਲਵ ਹੈਗੇ ਆ ਅਮਿਤ ਰਾਣਾ ਇੱਕ ਐਕਸ BSF ਕੌਂਸਟੇਬਲ ਆ ਉੱਥੋਂ ਡਿਸਮਿਸ ਹੋਇਆ ਹੋਇਆ ਉਹਦੇ ਖਿਲਾਫ਼ ਹੋਰ ਵੀ FIR ਕੇਸਿਸ ਰਜਿਸਟਰਡ ਹੈਗੀਆਂ ਔਰ ਜਿਹੜੀ ਕਾਰ ਦੇ ਵਿੱਚ ਬੱਚੇ ਨੂੰ ਕਿਡਨੈਪ ਕੀਤਾ ਗਿਆ ਸੀ ਉਹ ਵੀ ਰਿਕਵਰ ਹੋ ਚੁੱਕੀ ਆ ਔਰ ਬਾਕੀ ਹੁਣ ਅਸੀਂ ਅੱਗੇ ਸਰ ਕਿਹੜੀ ਜਗ੍ਹਾ ਤੋਂ ਸਰ ਰੈਕੀ ਕੀਤੀ ਜਾ ਰਹੀ ਹੈ ਕਿਹੜੀ ਜਗ੍ਹਾ ਤੋਂ ਸਰ ਦੇਖੋ ਇਹ ਜੋ ਸਾਡੀ ਇਨਵੈਸਟੀਗੇਸ਼ਨ 'ਚ ਆਇਆ ਪਿਛਲੇ 3-4 ਦਿਨਾਂ ਤੋਂ ਇਸ ਚੀਜ਼ ਨੂੰ ਉਹ ਲੱਗੇ ਹੋਏ ਸਨ ਔਰ ਇਹਦੇ 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 ਵਿੱਚ ਕਿਹੜੇ ਬੰਦੇ ਹੋਰ ਕਿੱਥੇ ਤੱਕ ਇਨਵੋਲਵ ਹੈਗੇ ਆ ਅਸੀਂ ਮੈਂ ਹਾਲੇ ਹੋਰ ਜ਼ਿਆਦਾ ਨਹੀਂ ਮੈਂ ਤੁਹਾਨੂੰ ਦੱਸ ਸਕੂੰਗਾ ਪਰ ਵਿਦ ਟਾਈਮ ਜਦੋਂ ਅਸੀਂ ਉਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਫਿਰ ਅਸੀਂ ਸਾਰਾ ਬੱਚਾ ਸਰ ਕਿੱਥੋਂ ਕਿੱਥੇ ਤੱਕ ਗਿਆ ਬੱਚਾ ਨੂਰਪੁਰ ਤੋਂ ਨੂਰਪੁਰ ਤੋਂ ਮਿਲਿਆ ਸਰ ਮੋਡਲ ਆਫ ਸਪੈਂਡ ਕੀ ਸੀ ਉਹਨਾਂ ਲੋਕਾਂ ਦੀ ਕਾਰ ਤੇ ਆਇਆ ਜੀ ਕਾਰ ਤੇ ਆ ਕੇ ਉਹਨਾਂ ਨੇ ਸਵਿਫਟ ਕਾਰ ਸੀਗੀ ਜਿਹਦੇ 'ਚ ਬੱਚੇ ਨੂੰ ਕਿਡਨੈਪ ਕੀਤਾ ਕਾਰ ਵੀ ਰਿਕਵਰ ਹੋ ਚੁੱਕੀ ਡਿਮਾਂਡ ਸਰ ਕੋਈ ਕੀਤੀ ਗਈ ਕੋਈ ਨੋਟ ਮਿਲਿਆ ਸੀ ਡਿਮਾਂਡ ਜਦੋਂ ਬੱਚੇ ਨੂੰ ਕਿਡਨੈਪ ਕੀਤਾ ਉਸ ਵੇਲੇ ਉਹਨਾਂ ਨੇ ਇੱਕ ਚਿੱਠੀ ਸੁੱਟਤੀ ਸੀਗੀ ਔਰ ਉਹਦੇ ਵਿੱਚ 2 ਕਰੋੜ ਰੁਪਏ ਦਾ ਰੈਂਸਮ ਮਨੀ ਮੰਗਿਆ ਗਿਆ ਸੀ ਸਰ ਰੈਂਡਮਲੀ ਬੱਚਾ ਚੁੱਕਿਆ ਗਿਆ ਜਾਂ ਗਲੀ ਦੇ ਵਿੱਚ ਰੱਖੀ ਕਿਤੇ ਵੀ ਹੋਰ ਬੱਚਾ ਵੀ ਟਾਰਗੇਟ ਸੀ ਇਹ ਬਕਾਇਦਾ ਇਹੀ ਬੱਚਾ ਟਾਰਗੇਟ ਸੀਗਾ ਠੀਕ ਹੈ ਉਹ ਜਾਣ ਪਹਿਚਾਣ ਸੀਗੀ ਇਹਨਾਂ ਨਾਲ ਪਹਿਲੇ ਜੀ ਮੈਂ ਹਲੇ ਹੋਰ ਤੁਹਾਨੂੰ ਐਕਚੁਅਲੀ ਨਹੀਂ ਦੱਸ ਸਕੂੰਗਾ ਮੈਂ ਜਿਹੜੇ ਮੇਨ ਅਕਿਊਜ਼ਡ ਬੰਦੇ ਆ ਉਹਨਾਂ ਬਾਰੇ ਤੁਹਾਨੂੰ ਦੱਸਦਾ ਔਰ ਉਹ ਕਿੱਦਾਂ ਇੱਥੇ ਤੱਕ ਪਹੁੰਚੇ ਬੱਚੇ ਦਾ ਕਿੱਦਾਂ ਹੋਇਆ ਅਸੀਂ ਫਰਦਰ ਸਾਰੀ ਸਾਡੀ ਸਰ ਕ੍ਰਿਮੀਨਲ ਰਿਕਾਰਡ ਪਹਿਲਾ ਬੈਕਗ੍ਰਾਉਂਡ ਹੈ ਉਹਨਾਂ ਦਾ ਹਾਂ ਅਮਿਤ ਰਾਣੇ ਦਾ ਹੈ ਜੀ ਮੈਂ ਦੱਸਿਆ ਉਹ ਡਿਸਮਿਸ ਕਾਂਸਟੇਬਲ ਆ ਕੇ ਲੈ ਗਿਆ ਔਰ ਡੈਫੀਨੇਟਲੀ ਬੀਇੰਗ ਅ ਫਾਦਰ ਮੇਰਾ ਪੈਨਿਕ ਹੋਣਾ ਬਣਤਾ ਥਾ ਮੈਂ ਇੱਕਦਮ ਸੇ ਘਬਰਾਇਆ ਮੈਂ ਭਾਗਾ ਗਾੜੀ ਲੈ ਕੇ ਜਬ ਮੈਂ ਘਰ ਕੇ ਪਾਸ ਪਹੁੰਚਾ ਤੋ ਬਹੁਤ ਜ਼ਿਆਦਾ ਰਸ਼ ਪੜ ਗਿਆ ਹੋਇਆ ਥਾ ਐਵਰੀਬਡੀ ਵਾਸ ਪੈਨਿਕ ਔਰ ਉਹਨੇ ਰੈਂਸਮ ਕੇ ਲਈ ਡਿਮਾਂਡ ਕੀ ਥੀ ਇੱਕ ਲੈਟਰ ਫੈਂਕ ਕੇ ਗਏ ਥੇ 2 ਕਰੋੜ ਰੁਪਇਆ ਔਰ ਆਪਣੇ ਬੱਚਾ ਅਗਰ ਬੱਚਾ ਚਾਹੀਏ ਤੋ ਪੈਸੇ ਦੇ ਦਿਓ ਅਗਰ ਪੈਸੇ ਰੱਖਣੇ ਤੋਂ ਬੱਚਾ ਨਹੀਂ ਮਿਲੇਗਾ ਤੋ ਮੈਨੇ ਪੈਨਿਕ ਉਸ ਸਿਚੁਏਸ਼ਨ ਮੈਂ ਕਿਉਂਕਿ ਬਹੁਤ ਵਾਰੀ ਹੋਤਾ ਹਮ ਲੋਕ ਪੈਨਿਕ ਕਰ ਜਾਤੇ ਹਮ ਪੁਲਿਸ ਕੇ ਸਾਥ ਮੇਂ ਸ਼ੇਅਰ ਨਹੀਂ ਕਰਤੇ ਲੇਕਿਨ ਮੈਂ ਉਸੀ ਸਮੇਂ ਥਾਨਾ ਡਿਵੀਜ਼ਨ 2 ਮੇਂ ਗਿਆ ਵਹਾਂ ਪੇ SHO ਸ਼ੋਹਰਤ ਮਾਨ ਥੇ ਵਨ ਆਫ ਦਾ ਬ੍ਰੇਵੈਸਟ ਪੁਲਿਸ ਆਫਿਸਰ ਔਰ ਮੇਰੇ ਸਾਥ ਬੜਾ ਅੱਛਾ ਪਿਆਰਾ ਛੋਟੇ ਭਾਈ ਜੈਸੇ ਉਹਨੇ ਉਸੀ ਸਮੇਂ ਆਪਣੀ ਇੱਕਦਮ ਸੇ ਐਕਟੀਵਿਟੀ ਦਿਖਾਈ ਔਰ DSP ਮਨਹਾਸ ਸਾਹਿਬ ਆ ਗਏ ਉਹਨੇ ਦੇਖਾ ਉਹ ਮੁਝੇ SSP ਸਾਹਿਬ ਔਰ DIG ਸਾਹਿਬ ਕੇ ਪਾਸ ਲੈ ਕੇ ਗਏ ਇਹਨਾਂ ਨੇ ਮੁਝੇ ਪੂਰਾ ਬਤਾਇਆ ਕਿ ਪੈਨਿਕ ਨਹੀਂ ਕਰਨਾ ਕਾਨਫੀਡੈਂਸ ਰੱਖਣਾ ਹੈ ਹਮ ਆਪਕੇ ਬੱਚੇ ਕੋ ਵਾਪਸ ਲੈ ਕੇ ਆਏਂਗੇ ਹਮਾਰੀ ਜੋ ਸਟ੍ਰੈਟੇਜੀਜ਼ ਹੈ ਉਸਕੋ ਫੋਲੋ ਕਰਨਾ ਹੈ ਬਿਲਕੁਲ ਕੂਲ ਰੱਖਣਾ ਹੈ ਕਾਮ ਰੱਖਣਾ ਹੈ ਬਹੁਤ ਟਫ ਹੋਤਾ ਹੈ ਬੀਂਗ ਅ ਪੇਰੈਂਟ ਕੂਲ ਕਾਮ ਰਹਿਣਾ ਲੇਕਿਨ ਮੈਂ ਯਹਾਂ ਪੇ ਇੱਕ ਚੀਜ਼ ਬੋਲਣਾ ਚਾਹੂੰਗਾ ਹਮ ਮੇ ਸੇ ਕਿਸੀ ਨੇ ਵੀ ਹਮ ਸਾਰੇ ਮੈਕਸਿਮ ਮਤਲਬ ਹਮ ਲੋਕ ਜੋ ਹਮ ਪੇਰੈਂਟਸ ਹੈ ਨਾ ਤੋ ਹਮ ਲੋਗੋ ਨੇ ਅਗਰ ਇੱਕ ਜੈਨੂਇਨ ਸੀ ਬਾਤ ਬੋਲੂੰ ਹਮਨੇ ਭਗਵਾਨ ਕੋ ਰੀਅਲੀ ਫੇਸ ਟੂ ਫੇਸ ਤੋ ਨਹੀਂ ਦੇਖਾ ਹੋਤਾ ਲੇਕਿਨ ਭਗਵਾਨ ਕੇ ਭੇਜੇ ਹੋਏ ਜੋ ਜ਼ਰੀਆ ਹੋਤੇ ਹੈ ਜੋ DIG ਸਾਹਿਬ ਕੀ ਤਰ੍ਹਾਂ SSP ਸਾਹਿਬ ਕੀ ਤਰ੍ਹਾਂ ਜਿਤਨੀ ਵੀ ਪੂਰੀ ਪੁਲਿਸ ਟੀਮ ਹੈ ਅਲੱਗ ਅਲੱਗ ਸਭ ਕੇ ਤੋ ਮੈਂ ਨਾਮ ਵੀ ਨਹੀਂ ਲੈ ਸਕਤਾ ਉਸਕੇ ਇਲਾਵਾ ਮੇਰੇ ਸ਼ਹਿਰ ਕੇ ਲੋਕ ਸਭ ਨੇ ਇਤਨਾ ਕੋਆਪਰੇਟ ਕੀਆ ਪਤਾ ਨਹੀਂ ਕਹਾਂ ਕਹਾਂ ਸੇ ਮੁਝੇ ਕਾਲ ਆ ਰਹੇ ਥੇ ਕਿਤਨੇ ਹਜ਼ਾਰੋਂ ਫੋਨ ਆ ਗਏ ਔਰ ਸਭ ਕੀ ਬਲੈਸਿੰਗਸ ਥੀ ਸਾਰੇ ਕਹਿ ਰਹੇ ਥੇ ਬਾਦਲ ਭਾਈ ਆਪਨੇ ਕਭੀ ਕਿਸੀ ਕੇ ਸਾਥ ਗਲਤ ਨਹੀਂ ਕੀਆ ਆਪਕੇ ਸਾਥ ਭਗਵਾਨ ਗਲਤ ਨਹੀਂ ਹੋਣੇ ਦੇਂਗੇ
आपका बच्चा आपके पास वापस आ जाएगा। और